ਹੋਊਗੀ ਬਾਜੀ ਸਰ ਯਾਰ ਤੂੰ ਲਾਸਟ ਇਹਨਾਂ ਦਾ ਕੋਈ ਵੀਡੀਓ ਨਹੀਂ ਪੂਰਾ ਹੁੰਦਾ ਜਦ ਤੱਕ ਕੋਈ ਸਮਾਰਟ ਬੰਦਾ ਨਾ ਆਏ ਹਾਏ ਉਹ ਦਾ ਇੱਧਰ ਬਾਜੀ ਬਾਜੀ ਆ ਦੇਖੋ ਇਹ ਬੰਦਾ कई ऐसी पंजाबी सुपरहिट फिल्मां ने जिन्हां दे सीक्वल ते थ्रीक्वल्स दी लोग बेसब्री दे नाल इंतजार करदे ने उहनां दे विचों अज असीं गल करन वाले आ कैरी ऑन जट्टा 3 दी जिहदी शूटिंग पिछले कई महीनियां तों चल रही है ते हुण फाइनली शूटिंग ओवर हो गई जिस दी इनफॉर्मेशन बिन्नू ढिल्लो ने अपने सोशल मीडिया दे राहीं दित्ती लो जी आखिरी दिन कैरी ऑन जट्टा दा ते आखिरी सीन मेरा इधरों ओह नांगे देखो गब्बर जी बनाउण वाले फिल्म बनाउण वाले साडा इत्थे शूट चल रहा चंडीगढ़ दे विच लास्ट डे है जी अज कैरी ऑन जट्टा दा इधर मनीष भट्ट साहब जिहड़े साडे सिनेमेटोग्राफर ने ते कई फिल्मां दे डायरेक्टर ने इधर अज थोड़ी सी जिहड़ी सेहत है ना साज है ते गिप्पी गरेवाल गरेवाल क्या बात है लास्ट डे जी अज शूटिंग दा किवें है ये प्रोड्यूसर साडा भरा ते हीरो भी है फिल्म दा किदां लग रहा है खिच के काम फुल इधर देखो भला साहब लास्ट डे जी लास्ट अपना सीन है जी ये मेला दा बड़ी खुशी हो रही है आज की दिन तक फोन जा रहा डायरेक्टर साहब हीरो साहब दोनों हीरो खड़े ने क्या बात है अखीर तो तुम्हें पता ही होंगे सारी फिल्म चुल्लू बना के मैंने फिर एक बार सॉरी कहना होंगे ना क्या बात है क्या बात है बल्ले बल्ले चढ़ दिया गला भाई चढ़ दिया गला जो बड़ा बढ़िया माहौल है जी ਐਤਕੀ ਤੁਹਾਨੂੰ ਨਵਾਂ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ ਜਿਹੜਾ ਅਸੀਂ ਹਰ ਵਾਰੀ ਭੱਲਾ ਸਾਹਿਬ ਦਾ ਲੰਮਾ ਚੜਾ ਉੱਲੂ ਬਣਾ ਕੇ ਛੋਟਾ ਜਿਹਾ ਸੌਰੀ ਕਹਿੰਦੇ ਆ ਮਿਲ ਰਿਹਾ ਐਤਕੀ ਅਸੀਂ ਹੋ ਵੀ ਨਹੀਂ ਕਹੇ ਕਿਉਂਕਿ ਭਾਜੀ ਸਰ ਯਾਰ ਤੂੰ ਲਾਸਟ ਇਹਨਾਂ ਦਾ ਕੋਈ ਵੀਡੀਓ ਨਹੀਂ ਪੂਰਾ ਹੁੰਦਾ ਜਦ ਤੱਕ ਕੋਈ ਸਮਾਰਟ ਬੰਦਾ ਨਾ ਆਏ ਹਾਏ ਯਾਰ ਮੈਂ ਹੀ ਲੱਭਦਾ ਹਰ ਵਾਰੀ ਤਾਂ ਸਾਡਾ ਸਾਡਾ ਸੋਹਣਾ ਸਰਦਾਰ ਭਰਾ ਸਾਡਾ ਕੀ ਬਾਤ ਹੈ ਬਹੁਤ ਸੋਹਣਾ ਭਾਈ ਆ ਬਾਈ ਦੇ ਪੱਗ ਦੇਖੋ ਅੱਜ ਕਿੰਨੀ ਸੋਹਣੀ ਲੱਗਦੀ ਜੀ ਹਰ ਰੋਜ਼ ਹੀ ਵਧੀਆ ਪਹਿਲਾਂ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਲਾਸਟ ਡੇ ਆਫ ਸ਼ੂਟ ਦੀ ਤੇ ਹੁਣ ਹਾਲ ਹੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਟਸ ਅ ਰੈਪ ਫੋਰ ਕੈਰੀ ਔਨ ਜੱਟਾ 3 ਯਾਨੀ ਕਿ ਸ਼ੂਟਿੰਗ ਇਸ ਫਿਲਮ ਦੀ ਖਤਮ ਹੋ ਚੁੱਕੀ ਹੈ ਤੇ ਇਹ ਫਿਲਮ ਹੁਣ ਐਡੀਟਿੰਗ ਦੇ ਲਈ ਤਿਆਰ ਹੈ ਤੇ ਜਲਦ ਹੀ ਸਿਨੇਮਾ ਘਰਾਂ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ ਭੱਲਾ ਸਾਹਿਬ ਨੂੰ ਜਿਆਦਾ ਨਾ ਖਵਾਓ ਤੇ ਚਾਹੁੰਦੀ ਹੈ ਮੈਂ ਖਾਵਾਂ ਮਿੱਠਾ ਕੀ ਬਾਤ ਆ ਕੋਈ ਮਿੱਠਾ ਨਹੀਂ ਖਵਾਉਣਾ ਲੈ ਬੈਜਾ ਭਾਨਾ ਬਾਈ ਟੱਕ ਤੋਂ ਪੱਟੇ ਜਿੰਨੀ ਸੋਹਣੀ ਫਿਲਮ ਬਣੀ ਹੈ ਉਹਨਾਂ ਸਵਾਦ ਹੀ ਕੇਕ ਬਹੁਤ ਸਵਾਦ ਕੇਕ एक तो सेव कर दिया था थैंक यू जी थैंक यू एवरीवन
ਲੋਕੀ ਇਸ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਨੇ। ਦੇਖਦੇ ਹਾਂ ਕਿ ਹੁਣ ਕੈਰੀ ਔਨ ਜੱਟਾ 3 ਕਿਵੇਂ ਲੋਕਾਂ ਨੂੰ ਐਂਟਰਟੇਨ ਕਰ ਜਾਏਗੀ। 29 ਜੂਨ 2023 ਨੂੰ ਇਹ ਫਿਲਮ ਸਿਨੇਮਾ ਘਰਾਂ 'ਚ ਰਿਲੀਜ਼ ਹੋਣੀ ਹੈ। ਤੁਹਾਡਾ ਕੀ ਕਹਿਣਾ ਇਹਦੇ ਬਾਰੇ ਅਤੇ ਕਿੰਨੇ ਐਕਸਾਈਟਿਡ ਹੋ ਤੁਸੀਂ, ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਸਬਸਕ੍ਰਾਈਬ ਕਰ ਲਓ ਬਾਲੀਵੁੱਡ ਬਜ਼। Thank you.